ਉਹ ਆਦਮੀ ਨਾਲ ਕੰਮ ਕਰਦੇ 2 ਸਾਲ ਹੋ ਚੁੱਕੇ ਸੀ ਸਭ ਕਹਿੰਦੇ ਸੀ ਕਿ ਤੂੰ ਇਹ ਕੰਮ ਛੱਡ ਦੇ ਪਰ ਮੈਂ ਬਹੁਤ ਜ਼ਿਆਦਾ ਮਜਬੂਰ ਸੀ ਮੈਨੂੰ ਬਹੁਤ ਸਾਰੀਆਂ ਅਜਈਆਂ ਗੱਲਾਂ ਦਾ ਪਤਾ ਲੱਗ ਚੁੱਕਿਆ ਸੀ ਜੋ ਉੱਥੇ ਨਹੀਂ ਹੋਣੀਆਂ ਚਾਹੀਦੀਆਂ ਸੀ ਪਰ ਮੈਂ ਫਿਰ ਵੀ ਆਪਣੀ ਜ਼ੁਬਾਨ ਬੰਦ ਰੱਖਦੀ ਸੀ ਮੈਂ ਸੋਚਦੀ ਸੀ ਕਿ ਜੇਕਰ ਮੇਰੇ ਕਰਮਾ ਵਿੱਚ ਇਹ ਲਿਖਿਆ ਹੈ ਤਾਂ ਮੈਨੂੰ ਇਹ ਕੰਮ ਕਰਨਾ ਨਹੀਂ ਛੱਡਣਾ ਚਾਹੀਦਾ ਪਰ ਫਿਰ ਇੱਕ ਦਿਨ ਇੱਕ ਅਜੀਹਾ ਕੁਝ ਹੋਇਆ ਜਿਸ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਈ ਮੁਸੀਬਤਾਂ ਮੇਰੇ ਘਰ ਤੱਕ ਪਹੁੰਚ ਚੁੱਕੀਆਂ ਸੀ ਅੱਜ ਦੂਜਾ ਦਿਨ ਸੀ ਮੇਰੀ ਭੈਣ ਉਸ ਕੋਲ ਸੀ ਪਰ ਮੈਂ ਬੇਵਸੀ ਨਾਲ ਕੁਝ ਨਹੀਂ ਸੀ ਕਰ ਸਕਦੀ ਮੈਨੂੰ ਪਤਾ ਚੱਲ ਚੁੱਕਿਆ ਸੀ ਜ਼ਰੂਰ ਕੁਝ ਗਲਤ ਹੋਣ ਵਾਲਾ ਹੈ ਫਿਰ ਮੈਂ ਆਪਣੀਆਂ ਅੱਖਾਂ ਨਾਲ ਅਜੀਹਾ ਕੁਝ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ ਮੇਰਾ ਨਾਮ ਗੀਤਾ ਹੈ ਅਸੀਂ ਦੋ ਭੈਣਾਂ ਹਾਂ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਉਦੋਂ ਤੱਕ ਜਦੋਂ ਤੱਕ ਮੇਰੇ ਪਿਤਾ ਜੀ ਜਿਉਂਦੇ ਸਨ ਮੇਰੇ ਪਿਤਾ ਵੀ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਸੀ ਉਹਨਾਂ ਨੂੰ ਬੇਟੇ ਦੀ ਕੋਈ ਚਾਹ ਨਹੀਂ ਸੀ ਉਹਨਾਂ ਦੇ ਸਿਰ ਤੇ ਅਸੀਂ ਵੱਡੀਆਂ ਹੋ ਕੇ ਵੀ ਆਪਣਾ ਬਚਪਨ ਬੱਚਿਆਂ ਵਾਂਗ ਗੁਜ਼ਾਰ ਰਹੀਆਂ ਸੀ ਇਸ ਗੱਲ ਦਾ ਤਾਂ ਤੁਹਾਨੂੰ ਵੀ ਪਤਾ ਹੋਣਾ ਕਿ ਮਾਤਾ ਪਿਤਾ ਦੇ ਸਿਰ ਤੇ ਬੱਚਿਆਂ ਨੂੰ ਕੋਈ ਫਿਕਰ ਨਹੀਂ ਹੁੰਦਾ ਸਾਡਾ ਹਾਲ ਵੀ ਕੁਝ ਅਜੀਹਾ ਹੀ ਸੀ ਫਿਰ ਇੱਕ ਦਿਨ ਅਜੀਹਾ ਆਇਆ ਜਦੋਂ ਸਾਡੇ ਪਿਤਾ ਜੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਘਰ ਵਿੱਚ ਅਸੀਂ ਤਿੰਨੇ ਔਰਤਾਂ ਰਹਿ ਗਈਆਂ ਮੇਰੀ ਮਾਂ ਤੇ ਮੇਰੀ ਭੈਣ ਬਹੁਤੀ ਜਿਆਦਾ ਪੜੀਆਂ ਲਿਖੀਆਂ ਨਹੀਂ ਸੀ ਮੇਰੀ ਭੈਣ ਤਾਂ ਹਜੇ میٹرਿਕ ਕਰ ਰਹੀ ਸੀ ਮੈਨੂੰ ਪਤਾ ਸੀ ਕਿ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੀ ਆਉਣ ਵਾਲੀ ਆ ਵੈਸੇ ਮੇਰੇ ਪਿਤਾ ਜੀ ਆਪਣੇ ਦੋਸਤ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਪੱਕਾ ਕਰ ਗਏ ਸਨ ਪਰ ਹੁਣ ਮੈਨੂੰ ਇੱਕ ਅਜੀਹਾ ਕੰਮ ਚਾਹੀਦਾ ਸੀ ਜਿਸ ਨਾਲ ਘਰ ਵਿੱਚ ਪੈਸਾ ਆ ਜਾਵੇ ਇੱਕ ਦਿਨ ਮੈਂ ਆਪਣੀ ਸਹੇਲੀ ਨੂੰ ਮਿਲੀ ਉਸ ਨੇ ਮੈਨੂੰ ਇੱਕ ਕੰਮ ਦੀ ਦੱਸ ਪਾਈ ਤੇ ਕਹਿਣ ਲੱਗੀ ਦੇਖ ਲਾ ਜੇ ਕਰ ਲਏਗੀ ਤਾਂ ਘਰ ਦੇ ਹਾਲਾਤ ਇਸ ਕਦਰ ਵਿਗੜ ਚੁੱਕੇ ਸੀ ਕਿ ਮੈਂ ਕੋਈ ਵੀ ਕੰਮ ਕਰਨ ਲਈ ਤਿਆਰ ਸੀ ਇਸ ਬਾਰੇ ਮੈਂ ਆਪਣੇ ਘਰ ਵੀ ਨਹੀਂ ਦੱਸਿਆ। ਮੇਰੀ ਸਹੇਲੀ ਨੇ ਮੈਨੂੰ ਉਸ ਆਦਮੀ ਨਾਲ ਮਿਲਵਾਇਆ ਤੇ ਉਸ ਆਦਮੀ ਨੇ ਮੈਨੂੰ ਦੇਖਦਿਆਂ ਹੀ ਕੰਮ ਤੇ ਰੱਖ ਲਿਆ। ਹੁਣ ਮੈਂ ਹਰ ਰੋਜ਼ ਕੰਮ ਤੇ ਜਾਣ ਲੱਗੀ। ਸਾਡੇ ਮੁਹੱਲੇ ਦੇ ਲੋਕ ਮੇਰੇ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਪਰ ਸਾਨੂੰ ਪੈਸੇ ਦੀ ਬਹੁਤ ਲੋੜ ਸੀ। ਇਸ ਲਈ ਮੈਂ ਇਹ ਕੰਮ ਬਾਰੇ ਘਰ ਦੇ ਕਿਸੇ ਕੋਲ ਵੀ ਜ਼ਿਕਰ ਨਹੀਂ ਸੀ ਕੀਤਾ। ਮੇਰੀ ਤਨਖਾਹ ਵੀ ਚੰਗੀ ਸੀ। ਮੇਰੀ ਮਾਂ ਕਹਿਣ ਲੱਗੀ ਤੂੰ ਅਜੇ ਹਾ ਕੀ ਕਰਦੀ ਆ ਜੋ ਤੈਨੂੰ ਇੰਨੀ ਜਲਦੀ ਇੰਨੀ ਤਨਖਾਹ ਮਿਲਣ ਲੱਗ ਗਈ ਉਸ ਦੀ ਗੱਲ ਸੁਣਦਿਆਂ ਮੈਂ ਚੁੱਪ ਹੋ ਜਾਂਦੀ ਇੱਕ ਦਿਨ ਮੈਂ ਆਪਣੇ ਕੰਮ ਤੋਂ ਘਰ ਆਈ ਤਾਂ ਮੇਰੇ ਕੱਪੜਿਆਂ ਨੂੰ ਬਹੁਤ ਜ਼ਿਆਦਾ ਖੂਨ ਲੱਗਿਆ ਹੋਇਆ ਸੀ ਮੇਰੀ ਮਾਂ ਇਹ ਸਭ ਦੇਖ ਕੇ ਘਬਰਾ ਗਈ ਉਹ ਮੇਰੇ ਕੋਲ ਆਈ ਮੇਰੀ ਮਾਂ ਖੂਨ ਦੇ ਦਾਗ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੋਈ ਉਸ ਦੇ ਮਨ ਵਿੱਚ ਬਹੁਤ ਜ਼ਿਆਦਾ ਭੜੇ ਖਿਆਲ ਆ ਰਹੇ ਸੀ ਤਾਂ ਮੈਂ ਆਪਣੀ ਜ਼ੁਬਾਨ ਉੱਤੇ ਤਾਲਾ ਹੀ ਲਗਾ ਲਿਆ ਮੈਂ ਹਰ ਰੋਜ਼ ਕੰਮ 'ਤੋਂ ਆਉਂਦੀ ਤਾਂ ਆਪਣੀ ਮਾਂ ਦੇ ਬਹੁਤ ਸਾਰੇ ਤਾਨੇ ਮੇਨੇ ਸੁਣਨ ਨੂੰ ਮਿਲਦੇ ਮੇਰੀ ਮਾਂ ਇੱਕ ਵਾਰ ਬੋਲਣ ਲੱਗ ਜਾਂਦੀ ਤਾਂ ਆਪਣੇ ਮੂੰਹ ਵਿੱਚੋਂ ਮੇਰੇ ਬਾਰੇ ਬਹੁਤ ਜ਼ਿਆਦਾ ਭੜੇ-ਭੜੇ ਸ਼ਬਦ ਬੋਲਦੀ ਮੈਂ ਵੀ ਕਦੋਂ ਤੱਕ ਚੁੱਪ ਰਹਿ ਸਕਦੀ ਸੀ ਇੱਕ ਦਿਨ ਉਹ ਜਦੋਂ ਮੈਨੂੰ ਬੁਰਾ ਭਲਾ ਕਹਿ ਰਹੀ ਸੀ ਤਾਂ ਮੈਂ ਉਸ ਨੂੰ ਸਾਰੀ ਗੱਲ ਸਾਫ਼-ਸਾਫ਼ ਦੱਸ ਦਿੱਤੀ ਇਹ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਮੈਨੂੰ ਕਹਿਣ ਲੱਗੀ ਕਿ ਬੇਟਾ ਮੈਨੂੰ ਮਾਫ਼ ਕਰ ਦੇ ਮੈਂ ਤਾਂ ਪਤਾ ਨਹੀਂ ਤੇਰੇ ਬਾਰੇ ਕੀ ਗਲਤ ਸੋਚਦੀ ਰਹੀ ਦਰਅਸਲ ਉਸ ਨੂੰ ਮੈਂ ਸਾਰੀ ਸੱਚਾਈ ਦੱਸ ਦਿੱਤੀ ਸੀ ਮੈਂ ਉਸ ਨੂੰ ਦੱਸਿਆ ਕਿ ਮੈਂ ਮੁਰਦਿਆਂ ਦਾ ਪੋਸਟਮਾਰਟਮ ਕਰਨ ਦਾ ਕੰਮ ਕਰਦੀ ਹਾਂ ਇਸ ਲਈ ਕਦੇ-ਕਦਾਈ ਮੇਰੇ ਕੱਪੜਿਆਂ ਨੂੰ ਖੂਨ ਵੀ ਲੱਗ ਜਾਂਦਾ ਤੇ ਜਿਸ ਆਦਮੀ ਨੇ ਮੈਨੂੰ ਆਪਣੇ ਨਾਲ ਕੰਮ ਤੇ ਰੱਖਿਆ ਉਹ ਇਹ ਕੰਮ ਪ੍ਰਾਈਵੇਟ ਕਰਦਾ ਸੀ ਪਰ ਜਦੋਂ ਕਿਸੇ ਕੁੜੀ ਦਾ ਪੋਸਟਮਾਰਟਮ ਕਰਨਾ ਹੁੰਦਾ ਸੀ ਤਾਂ ਉਹ ਮੈਨੂੰ ਉਸ ਦੇ ਨਜ਼ਦੀਕ ਵੀ ਬਿਲਕੁਲ ਨਹੀਂ ਸੀ ਜਾਣ ਦਿੰਦਾ ਕੁਵਾਰੀਆਂ ਕੁੜੀਆਂ ਦੇ ਪੋਸਟਮਾਰਟਮ ਲਈ ਉਹ ਇੱਕ ਦਿਨ ਤੋਂ ਜ਼ਿਆਦਾ ਲੈਂਦਾ ਸੀ ਉਹ ਅਜਿਹਾ ਕਿਉਂ ਕਰਦਾ ਸੀ ਇਸ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਤਾਂ ਸਿਰਫ ਉਸ ਦੀ ਅਸਿਸਟੈਂਟ ਸੀ ਇੱਕ ਦਿਨ ਉਹ ਪੋਸਟਮਾਰਟਮ ਕਰ ਰਿਹਾ ਸੀ ਤਾਂ ਮੈਂ ਉਸ ਨੂੰ ਇਹ ਸਭ ਕਰਦਿਆਂ ਦੇਖ ਕੇ ਬਹੁਤ ਜ਼ਿਆਦਾ ਘਬਰਾ ਗਈ। ਉਹ ਮੈਨੂੰ ਕਹਿਣ ਲੱਗਾ ਜੇਕਰ ਤੈਨੂੰ ਇਹ ਕੰਮ ਚੰਗਾ ਨਾ ਲੱਗ ਰਿਹਾ ਹੋਵੇ ਜਾਂ ਫਿਰ ਤੈਨੂੰ ਇਸ ਕੰਮ ਤੋਂ ਡਰ ਲੱਗ ਰਿਹਾ ਹੈ ਤਾਂ ਤੂੰ ਇਹ ਕੰਮ ਛੱਡ ਕੇ ਜਾ ਸਕਦੀ ਏ। ਪਰ ਘਰ ਦੀ ਮਜਬੂਰੀ ਕਰਕੇ ਮੈਨੂੰ ਆਪਣਾ ਦਿਲ ਮਜ਼ਬੂਤ ਕਰਨਾ ਪਿਆ ਤੇ ਨਾਲੇ ਇਸ ਤੋਂ ਜ਼ਿਆਦਾ ਤਨਖਾਹ ਮੈਨੂੰ ਕਿਸੇ ਹੋਰ ਜਗ੍ਹਾ ਨਹੀਂ ਸੀ ਮਿਲ ਸਕਦੀ। ਉਹ ਆਦਮੀ ਦਾ ਨਾਮ ਸ਼ੇਖਰ ਸੀ ਪਰ ਉਹ ਲੋਕਾਂ ਵਿੱਚ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਬਦਨਾਮ ਸੀ ਲੋਕ ਉਸ ਨੂੰ ਬੁਰਾ ਆਦਮੀ ਕਹਿੰਦੇ ਸਨ ਪਰ ਮੇਰੇ ਨਾਲ ਹਾਲੇ ਤੱਕ ਉਸ ਨੇ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਹੀਂ ਸੀ ਕੀਤੀ ਇਸ ਗੱਲ ਤੇ ਤਾਂ ਮੈਂ ਵੀ ਹੈਰਾਨ ਸੀ ਕਿ ਉਹ ਆਦਮੀਆਂ ਦਾ ਪੋਸਟਮਾਰਟਮ ਕੁਝ ਹੀ ਘੰਟਿਆਂ ਵਿੱਚ ਕਰ ਦਿੰਦਾ ਸੀ ਪਰ ਕੁਆਰੀਆਂ ਕੁੜੀਆਂ ਦੇ ਪੋਸਟਮਾਰਟਮ ਲਈ 2-3 ਦਿਨ ਕਿਉਂ ਲਾਂਦਾ ਸੀ ਮੇਰੇ ਮਨ ਵਿੱਚ ਇਸ ਬਾਰੇ ਬਹੁਤ ਜ਼ਿਆਦਾ ਸਵਾਲ ਸਨ ਹੁਣ ਉਸ ਦਾ ਸੁਭਾਅ ਥੋੜਾ ਸਖਤ ਹੋਣ ਕਰਕੇ ਮੈਂ ਉਸ ਨੂੰ ਕੁਝ ਪੁੱਛ ਵੀ ਨਹੀਂ ਸੀ ਸਕਦੀ ਹੁਣ ਮੁਸੀਬਤ ਇਹ ਸੀ ਕਿ ਲੋਕਾਂ ਨੇ ਸਾਡੇ ਘਰ ਆ ਕੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਇਹ ਕੰਮ ਛੱਡ ਦੇਵਾਂ ਇਸ ਤੋਂ ਬਾਅਦ ਇੱਕ ਦਿਨ ਮੇਰੇ ਮੰਗੇਤਰ ਦੀ ਮਾਂ ਯਾਨੀ ਕਿ ਮੇਰੀ ਹੋਣ ਵਾਲੀ ਸੱਸ ਤੇ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਤੂੰ ਆਪਣੀ ਧੀ ਨੂੰ ਕਿਹੜੇ ਕੰਮ ਲਗਾ ਦਿੱਤਾ ਉਹਨੇ ਸਾਡੀ ਹੋਣ ਵਾਲੀ ਨੂੰਹ ਐ ਉਹ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਮੈਂ ਇਹ ਕੰਮ ਛੱਡ ਦੇਵਾਂ ਪਰ ਮੈਂ ਉਸ ਨੂੰ ਕਿਹਾ ਕਿ ਜੇਕਰ ਸਾਡੇ ਸਾਰੇ ਪਰਿਵਾਰ ਦਾ ਖਰਚਾ ਤੁਸੀਂ ਝੱਲ ਲਵੋਗੇ ਤਾਂ ਮੈਂ ਇਹ ਨੌਕਰੀ ਛੱਡਣ ਨੂੰ ਤਿਆਰ ਆ ਇਹ ਸੁਣ ਕੇ ਉਹ ਚੁੱਪ ਹੋ ਗਈ ਵੈਸੇ ਮੈਂ ਇਹ ਸਭ ਸਿਰਫ ਆਪਣੀ ਮਾਂ ਨੂੰ ਹੀ ਦੱਸਿਆ ਸੀ ਮੇਰੇ ਸਹੁਰੇ ਘਰ ਵਿੱਚ ਇਹ ਗੱਲ ਕਿਵੇਂ ਪਹੁੰਚੀ ਇਸ ਬਾਰੇ ਮੈਨੂੰ ਨਹੀਂ ਪਤਾ ਨਾਲ ਹੀ ਮੇਰੀ ਹੋਣ ਵਾਲੀ ਸੱਸ ਤੇ ਮੇਰੇ ਪਿਤਾ ਜੀ ਦੀ ਮੌਤ ਤੋਂ ਬਾਅਦ ਹੀ ਇਹ ਰਿਸ਼ਤਾ ਤੋੜਨ ਦੇ ਬਹਾਨੇ ਲੱਭ ਰਹੀ ਸੀ ਇਸ ਤੋਂ ਬਾਅਦ ਮੈਨੂੰ ਮੇਰੇ ਮੰਗੇਤਰ ਦਾ ਫੋਨ ਆਇਆ ਤੇ ਕਹਿਣ ਲੱਗਾ ਕਿ ਜਿਸ ਆਦਮੀ ਨਾਲ ਤੂੰ ਕੰਮ ਕਰਦੀਆਂ ਉਹ ਆਦਮੀ ਸਾਰੇ ਇਲਾਕੇ ਵਿੱਚ ਬਹੁਤ ਜ਼ਿਆਦਾ ਬਦਨਾਮ ਆ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਇਸ ਲਈ ਤੂੰ ਕੰਮ ਛੱਡ ਦੇ ਇਸ ਤੋਂ ਬਾਅਦ ਮੈਂ ਉਸ ਨੂੰ ਵੀ ਇਹੀ ਗੱਲ ਕਹੀ ਜੇ ਤੂੰ ਸਾਡੇ ਸਾਰੇ ਘਰ ਦਾ ਖਰਚਾ ਚੱਕ ਲਵੇਂਗਾ ਤਾਂ ਬੇਸ਼ੱਕ ਮੈਂ ਕੰਮ ਛੱਡ ਦਿੰਨੀ ਹਾਂ ਪਰ ਮੇਰੇ ਇੰਨਾ ਕਹਿੰਦਿਆਂ ਹੀ ਉਹ ਚੁੱਪ ਹੋ ਗਿਆ ਇੱਕ ਦਿਨ ਮੈਂ ਜਿਵੇਂ ਹੀ ਆਪਣੇ ਕੰਮ ਤੇ ਗਈ ਤਾਂ ਉਹ ਆਫਿਸ ਵਿੱਚ ਇੱਕ ਆਦਮੀ ਨੂੰ ਦੇਖਿਆ ਜੋ ਕਿ ਸ਼ੇਖਰ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਕੋਲ ਇੰਨੇ ਪੈਸੇ ਦੇਖ ਕੇ ਤਾਂ ਮੇਰੀਆਂ ਅੱਖਾਂ ਹੀ ਟੱਡੀਆਂ ਰਹਿ ਗਈਆਂ ਇਹ ਸਭ ਮੈਨੂੰ ਸ਼ੀਸ਼ੇ ਵਿੱਚੋਂ ਧੁੰਦਲਾ ਧੁੰਦਲਾ ਦਿਖਾਈ ਦੇ ਰਿਹਾ ਸੀ ਕਿਉਂਕਿ ਆਫਿਸ ਤੇ ਬਾਹਰ ਦਾ ਗੇਟ ਅੰਦਰੋਂ ਬੰਦ ਸੀ ਇਹ ਸਭ ਦੇਖ ਸ਼ੇਖਰ ਤੇ ਮੇਰਾ ਸ਼ੱਕ ਕਰਨਾ ਸੁਭਾਵਿਕ ਸੀ ਮੈਂ ਇਹ ਸਭ ਦੇਖ ਕੇ ਅੱਗੇ ਲੰਘ ਗਈ ਹਰ ਰੋਜ਼ ਦੀ ਤਰ੍ਹਾਂ ਆਪਣਾ ਕੰਮ ਕਰਨ ਲੱਗੀ ਮੈਨੂੰ ਇਹ ਕੰਮ ਕਰਦਿਆਂ ਹੁਣ 1 ਸਾਲ ਦੇ ਕਰੀਬ ਹੋ ਚੁੱਕਿਆ ਸੀ ਇੱਕ ਦਿਨ ਜਦੋਂ ਮੈਂ ਕੰਮ ਤੇ ਗਈ ਤਾਂ ਇੱਕ ਕੁਆਰੀ ਕੁੜੀ ਦੇ ਪੋਸਟਮਾਰਟਮ ਦਾ ਕੇਸ ਆਇਆ ਹੋਇਆ ਸੀ ਜਦੋਂ ਮੈਂ ਉਸ ਸ਼ੇਖਰ ਨਾਮ ਦੇ ਆਦਮੀ ਨੂੰ ਕਿਹਾ ਕਿ ਇਸ ਦਾ ਪੋਸਟਮਾਰਟਮ ਮੈਂ ਕਰ ਦਿੰਨੀ ਆ ਤਾਂ ਉਸ ਨੇ ਮੇਰੀ ਬਾਹ ਫੜ ਕੇ ਮੈਨੂੰ ਪਾਸੇ ਕਰ ਦਿੱਤਾ ਤੇ ਕਹਿਣ ਲੱਗਾ ਕਿ ਇਹ ਸਭ ਤਾਂ ਮੈਂ ਹੀ ਕਰਾਂਗਾ ਤੂੰ ਬਾਹਰ ਚਲੀ ਜਾ ਉਸ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਸੀ ਮੈਂ ਕੁਝ ਬੋਲ ਨਹੀਂ ਸਕਦੀ ਇਸ ਲਈ ਚੁੱਪਚਾਹ ਬਾਹਰ ਚਲੀ ਗਈ ਅੱਜ ਵੀ ਯਾਦ ਹੈ ਕਿ ਉਸ ਕੁੜੀ ਦੇ ਪੋਸਟਮਾਰਟਮ ਤੇ ਉਸਨੇ 3 ਦਿਨ ਲਾਏ ਸੀ ਮੈਂ ਇਹੀ ਸੋਚਦੀ ਰਹਿੰਦੀ ਸੀ ਕਿ ਆਖਰ ਕੁਵਾਰੀਆਂ ਕੁੜੀਆਂ ਦੇ ਪੋਸਟਮਾਰਟਮ ਲਈ ਇੰਨਾ ਸਮਾਂ ਕਿਉਂ ਲੈਂਦਾ ਹੈ ਜਦੋਂ ਵੀ ਮੈਂ ਇਹ ਕੰਮ ਤੇ ਲੱਗੀ ਸੀ ਮੈਨੂੰ ਰਾਤ ਨੂੰ ਬਹੁਤ ਭੈੜੇ ਭੈੜੇ ਸੁਪਨੇ ਆਉਂਦੇ ਪਰ ਇਸ ਬਾਰੇ ਮੈਂ ਘਰ ਵਿੱਚ ਕਿਸੇ ਨੂੰ ਕੋਈ ਗੱਲ ਨਾ ਕੀਤੀ ਇੱਕ ਦਿਨ ਮੇਰੀ ਛੋਟੀ ਭੈਣ ਸਕੂਲੋਂ ਘਰ ਆਈ ਤਾਂ ਉਸਦੇ ਕੋਲ ਇੱਕ ਮੋਬਾਈਲ ਸੀ ਜਦੋਂ ਮੈਂ ਉਸ ਨੂੰ ਇਸ ਬਾਰੇ ਪੁੱਛਿਆ ਕਿ ਇਹ ਮੋਬਾਈਲ ਤੇਰੇ ਕੋਲ ਕਿੱਥੋਂ ਆਇਆ ਤਾਂ ਉਹ ਕਹਿਣ ਲੱਗੀ ਕਿ ਇਹ ਮੋਬਾਈਲ ਮੈਨੂੰ ਰਸਤੇ ਵਿੱਚ ਡਿੱਗਿਆ ਹੋਇਆ ਮਿਲਿਆ ਉਸ ਮੋਬਾਈਲ ਦੀ ਹਾਲਤ ਵੀ ਅਜਿਹੀ ਸੀ ਇਸ ਲਈ ਮੈਂ ਉਸ ਨੂੰ ਇਗਨੋਰ ਕਰ ਦਿੱਤਾ ਮੇਰੀ ਮਾਂ ਮੇਰੀ ਭੈਣ ਨੂੰ ਮੇਰੇ ਨਾਲੋਂ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਇਸ ਦਾ ਕਾਰਨ ਇਹ ਵੀ ਸੀ ਕਿਉਂਕਿ ਉਹ ਬਚਪਨ ਵਿੱਚ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਸੀ ਤੇ ਇੱਕ ਵਾਰ ਤਾਂ ਉਹ ਮੌਤ ਦੇ ਮੂੰਹ ਵਿੱਚੋਂ ਵਾਪਸ ਆਈ ਦੇਖਦਿਆਂ ਹੀ ਦੇਖਦਿਆਂ ਉਸ ਨੇ ਮੈਟ੍ਰਿਕ ਪਾਸ ਕਰ ਲਈ ਤੇ ਇਸ ਤੋਂ ਬਾਅਦ ਮੈਂ ਉਸ ਨੂੰ ਸਲਾਈ ਕਢਾਈ ਦੇ ਕੰਮ ਤੇ ਲਾ ਦਿੱਤਾ ਉਹ ਸਵੇਰੇ ਉੱਠ ਜਾਂਦੀ ਤੇ ਸ਼ਾਮ ਨੂੰ ਵਾਪਸ ਆਉਂਦੀ ਮੇਰੀ ਤਨਖਾਹ ਨਾਲ ਸਾਡੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਹੋਣ ਲੱਗਿਆ ਸੀ ਇੱਕ ਦਿਨ ਫਿਰ ਮੇਰੇ ਮੰਗੇਤਰ ਦਾ ਫੋਨ ਆਇਆ ਉਹ ਕਹਿਣ ਲੱਗਾ ਕਿ ਤੂੰ ਇਹ ਕੰਮ ਛੱਡ ਦੇ ਤਾਂ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗਾ ਮੈਂ ਉਸ ਨੂੰ ਕਿਹਾ ਜਦੋਂ ਤੇਰੀ ਮਾਂ ਹੀ ਰਿਸ਼ਤਾ ਤੋੜ ਦਿੱਤਾ ਹੈ ਫਿਰ ਹੁਣ ਸਾਡੇ ਵਿਚਕਾਰ ਰਹਿ ਕੀ ਗਿਆ ਉਹ ਮੈਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣ ਲੱਗਿਆ ਪਰ ਮੈਨੂੰ ਪਤਾ ਸੀ ਕਿ ਉਹ ਆਪਣੀ ਮਾਂ ਦੇ ਇਸ਼ਾਰਿਆਂ ਤੇ ਨੱਚਦਾ ਸੀ ਉਹ ਸਿਰਫ ਗੱਲਾਂ ਵਾਲਾ ਇੱਕ ਦਿਨ ਮੈਂ ਆਪਣੇ ਕੰਮ ਤੇ ਗਈ ਹੋਈ ਸੀ ਤਾਂ ਮੇਰੀ ਮਾਂ ਨੇ ਮੈਨੂੰ 5 ਵਾਰ ਫੋਨ ਕੀਤਾ ਪਰ ਕੰਮ ਵਿੱਚ ਬਿਜ਼ੀ ਹੋਣ ਦੇ ਕਾਰਨ ਫੋਨ ਨਾ ਚੱਕ ਸਕੀ ਕੰਮ ਨਿਬੜ ਕੇ ਜਿਵੇਂ ਹੀ ਮੈਂ ਆਪਣਾ ਫੋਨ ਦੇਖਿਆ ਤਾਂ ਮਾਂ ਦੀਆਂ 5 ਮਿਸਕਾਲਾਂ ਆਈਆਂ ਦੇਖ ਕੇ ਘਬਰਾ ਗਈ ਮੈਂ ਸੋਚ ਰਹੀ ਸੀ ਕਿ ਛੋਟੇ-ਮੋਟੇ ਕੰਮਾਂ ਖਾਤਰ ਤਾਂ ਮਾਂ ਨੇ ਕਦੇ ਫੋਨ ਨਹੀਂ ਕੀਤਾ ਫਿਰ ਅੱਜ ਇਸ ਤਰ੍ਹਾਂ ਫੋਨ ਕਿਉਂ ਕੀਤਾ ਮੈਂ ਜਲਦੀ ਨਾਲ ਆਪਣੀ ਮਾਂ ਨੂੰ ਫੋਨ ਲਗਾਇਆ ਤੇ ਉਸ ਨੂੰ ਪੁੱਛਿਆ ਕਿ ਮਾਂ ਘਰ ਸਭ ਠੀਕ ਠਾਕ ਤਾਂ ਹੈ ਨਾ ਤਾਂ ਉਸ ਨੇ ਦੱਸਿਆ ਕਿ ਤੇਰੀ ਛੋਟੀ ਭੈਣ ਸਵੇਰ ਦੀ ਗਈ ਹੋਈ ਆ ਪਰ ਹਾਲੇ ਤੱਕ ਘਰ ਨਹੀਂ ਆਈ ਇਹ ਸਭ ਸੁਣ ਕੇ ਮੈਂ ਘਬਰਾ ਗਈ ਮੈਂ ਆਪਣੇ ਕੰਮ ਤੋਂ ਛੁੱਟੀ ਲੈ ਕੇ ਵਾਪਸ ਗਈ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਇਆ ਤੇ ਮੇਰੀ ਭੈਣ ਨੂੰ ਲੱਭਣ ਲੱਗੇ ਸਵੇਰ ਤੋਂ ਸ਼ਾਮ ਹੋ ਚੁੱਕੀ ਸੀ ਪਰ ਮੇਰੀ ਭੈਣ ਦਾ ਕੁਝ ਵੀ ਪਤਾ ਨਾ ਲੱਗ ਸਕਿਆ ਰਿਸ਼ਤੇਦਾਰ ਸਾਡੀ ਮਦਦ ਤਾਂ ਕਰ ਰਹੇ ਸੀ ਪਰ ਨਾਲ-ਨਾਲ ਮੇਰੀ ਭੈਣ ਬਾਰੇ ਗਲਤ ਗੱਲਾਂ ਵੀ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਕੀ ਪਤਾ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਹੋ ਸਕਦਾ ਹੈ ਕਿਸੇ ਨਾਲ ਭੱਜ ਗਈ ਹੋਵੇ ਅਸੀਂ ਪੁਲਿਸ ਰਿਪੋਰਟ ਕੀਤੀ ਪੁਲਿਸ ਨੇ ਜੋ ਖੁਲਾਸਾ ਕੀਤਾ ਇਹ ਸਭ ਦੇਖ ਕੇ ਤਾਂ ਮੈਂ ਅੰਦਰੋਂ ਟੁੱਟ ਚੁੱਕੀ ਸੀ ਪੁਲਿਸ ਨੇ ਇੱਕ Laash ਬਰਾਮਦ ਕੀਤੀ ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਇਸ ਨੂੰ ਪਛਾਣ ਕਰੋ ਪਰ ਮੇਰੀ ਮਾਂ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗੀ ਕਿ ਆਪਾਂ ਨਹੀਂ ਜਾਣਾ ਉਹ ਮੇਰੀ ਬੇਟੀ ਹੋ ਹੀ ਨਹੀਂ ਸਕਦੀ ਪਰ ਪਰ ਜਾਣਾ ਤਾਂ ਪੈਣਾ ਸੀ ਜਿਵੇਂ ਹੀ ਮੈਂ ਜਾ ਕੇ ਦੇਖਿਆ ਸੱਚਮੁੱਚ ਉਹ ਮੇਰੀ ਭੈਣ ਹੀ ਸੀ ਤੇ ਉਸ ਕੋਲੋਂ ਉਹ ਮੋਬਾਈਲ ਵੀ ਬਰਾਮਦ ਹੋਇਆ ਸੀ ਜੋ ਕਿ ਅਕਸਰ ਹੀ ਉਸ ਦੇ ਕੋਲ ਹੁੰਦਾ ਸੀ ਪੁਲਿਸ ਦਾ ਕਹਿਣਾ ਸੀ ਕਿ ਕਿਸੇ ਮੁੰਡੇ ਨੇ ਇਸ ਨੂੰ ਇੱਥੇ ਸੁਨਸਾਨ ਜਗ੍ਹਾ ਤੇ ਮਿਲਣ ਲਈ ਬੁਲਾਇਆ ਹੋਵੇਗਾ ਤੇ ਬਾਅਦ ਵਿੱਚ ਉਸ ਦਾ ਕਿਸੇ ਨੇ ਕਤਲ ਕਰ ਦਿੱਤਾ ਹੋਵੇਗਾ ਉਸ ਮੋਬਾਈਲ ਵਿੱਚ ਜਿਸ ਮੁੰਡੇ ਦਾ ਨੰਬਰ ਸੀ ਉਸ ਨੰਬਰ ਦੇ ਆਧਾਰ ਤੇ ਛਾਣਬੇਣ ਕੀਤੀ ਗਈ ਤੇ ਉਸ ਮੁੰਡੇ ਨੂੰ ਦਬੋਚ ਲਿਆ ਗਿਆ ਤੇ ਮੇਰੇ ਲਈ ਹੈਰਾਨੀ ਦੀ ਗੱਲ ਇਹ ਸੀ ਕਿ ਉਸ ਮੁੰਡੇ ਦੀ ਉਮਰ ਬਹੁਤ ਜਿਆਦਾ ਛੋਟੀ ਸੀ ਤੇ ਉਹ ਮੋਬਾਈਲ ਵੀ ਮੇਰੀ ਭੈਣ ਨੂੰ ਉਸੇ ਨੇ ਹੀ ਦਿੱਤਾ ਸੀ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਤੇ ਹੁਣ ਵਾਰੀ ਸੀ ਮੇਰੀ ਭੈਣ ਦੇ ਪੋਸਟਮਾਰਟਮ ਦੀ ਜੋ ਕਿ ਮੇਰੇ ਹੀ ਦਫ਼ਤਰ ਵਿੱਚ ਹੋਣਾ ਸੀ ਜੀਵੇ ਹੀ ਮੇਰੀ ਭੈਣ ਨੂੰ ਪੋਸਟਮਾਰਟਮ ਲਈ ਮੇਰੇ ਦਫ਼ਤਰ ਵਿੱਚ ਲਿਆਂਦਾ ਗਿਆ ਤਾਂ ਮੈਂ ਸ਼ੇਖਰ ਨੂੰ ਕਿਹਾ ਕਿ ਇਸ ਦਾ ਪੋਸਟਮਾਰਟਮ ਤਾਂ ਮੈਂ ਕਰਾਂਗੀ ਤਾਂ ਉਹ ਗੁੱਸੇ ਵਿੱਚ ਆਇਆ ਤੇ ਉਸਨੇ ਕਿਹਾ ਕਿ ਕੁੜੀਆਂ ਦਾ ਪੋਸਟਮਾਰਟਮ ਉਹ ਪਹਿਲਾਂ ਵੀ ਆਪ ਕਰਦਾ ਸੀ ਤੇ ਹੁਣ ਵੀ ਆਪ ਹੀ ਕਰੇਗਾ ਜਦੋਂ ਉਸਨੇ ਪੋਸਟਮਾਰਟਮ ਦਾ ਕੰਮ ਪੂਰਾ ਕਰ ਲਿਆ ਤਾਂ ਉਹ ਮੈਨੂੰ ਫੋਨ ਕਰਕੇ ਇਸ ਬਾਰੇ ਦੱਸ ਦੇਵੇਗਾ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਆਪਣੇ ਘਰ ਜਾ ਤੇ ਆਪਣੀ ਮਾਂ ਨੂੰ ਤਸੱਲੀ ਦੇ ਤੇ ਮੈਂ ਆਪਣੀ ਭੈਣ ਤਾਂ ਗਵਾ ਲਈ ਸੀ ਪਰ ਆਪਣੀ ਨੌਕਰੀ ਨਹੀਂ ਸੀ ਗਵਾਉਣਾ ਚਾਹੁੰਦੀ ਇਸ ਲਈ ਮੈਂ ਚੁੱਪਚਾਪ ਘਰ ਆ ਗਈ ਔਖਿਆਂ ਸੌਖਿਆਂ ਰਾਤ ਤਾਂ ਲੰਘ ਗਈ ਪਰ ਮੇਰੇ ਮਨ ਵਿੱਚ ਭੜੇ-ਭੜੇ ਖਿਆਲ ਆ ਰਹੇ ਸਨ ਅਗਲੇ ਦਿਨ ਸਵੇਰੇ ਹੀ ਮੈਂ ਫੈਸਲਾ ਕੀਤਾ ਕਿ ਮੈਂ ਆਪਣੀ ਭੈਣ ਇੱਕ ਵਾਰ ਜਾ ਕੇ ਜ਼ਰੂਰ ਦੇਖਾਂ ਪਰ ਮੈਂ ਇਹ ਨਹੀਂ ਸੀ ਚਾਹੁੰਦੀ ਕਿ ਇਸ ਬਾਰੇ ਸ਼ੇਖਰ ਨੂੰ ਪਤਾ ਲੱਗੇ ਇਸ ਲਈ ਮੈਂ ਉਸ ਦੀ ਪਿਛਲੀ ਵਾਰੀ ਵਿੱਚੋਂ ਦੀ ਇਹ ਸਭ ਦੇਖਣਾ ਚਾਹੁੰਦੀ ਸੀ ਜਿਵੇਂ ਹੀ ਮੈਂ ਆਫਿਸ ਪਹੁੰਚੀ ਤੇ ਪਿਛਲੀ ਵਾਰੀ ਥਾਣੀ ਮੈਂ ਸ਼ੇਖਰ ਨੂੰ ਆਪਣੀ ਭੈਣ ਦਾ ਪੋਸਟਮਾਰਟਮ ਕਰਦਿਆਂ ਦੇਖਿਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਮੇਰੇ ਮੋਢਿਆਂ ਦੇ ਪਿੱਛੇ ਦੀ ਕਿਸੇ ਨੇ ਹੱਥ ਰੱਖਿਆ ਤੇ ਉਸ ਤੋਂ ਬਾਅਦ ਮੇਰਾ ਮੂੰਹ ਘੁੱਟ ਲਿਆ ਮੈਂ ਦੇਖਿਆ ਕਿ ਉਹ ਤਾਂ ਮੇਰਾ ਮੰਗੇਤਰ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਉਸ ਨੂੰ ਇਸ ਬਾਰੇ ਸਾਰੀ ਸੱਚਾਈ ਦੱਸੀ ਐਨੇ ਨੂੰ ਸ਼ੇਖਰ ਨੇ ਵੀ ਸਾਨੂੰ ਦੋਹਾਂ ਨੂੰ ਦੇਖ ਲਿਆ ਤੇ ਅਸੀਂ ਦੋਵੇਂ ਆਫਿਸ ਵਿੱਚ ਚਲੇ ਗਏ ਸ਼ੇਖਰ ਮੈਨੂੰ ਕਹਿਣ ਲੱਗਾ ਕਿ ਤੂੰ ਦੇਖ ਰਹੀ ਸੀ ਇਹ ਨਾ ਕਿ ਮੈਂ ਤੇਰੀ ਭੈਣ ਨਾਲ ਕੁਝ ਗਲਤ ਤਾਂ ਨਹੀਂ ਕਰ ਰਿਹਾ ਸੀ ਤੇ ਤੂੰ ਮੇਰੇ ਬਾਰੇ ਜਾਨਣਾ ਵੀ ਚਾਹੁੰਦੀ ਸੀ ਅੱਜ ਮੈਂ ਤੈਨੂੰ ਸਾਰੀ ਸੱਚਾਈ ਦੱਸਾਂਗਾ ਤਾਂ ਕਿ ਤੇਰੀ ਭੈਣ ਦੀ ਉਮਰ ਦੀ ਮੇਰੀ ਇੱਕ ਛੋਟੀ ਬੇਟੀ ਸੀ ਉਸ ਨਾਲ ਵੀ ਸਭ ਹੋਇਆ ਸੀ ਜੋ ਕਿ ਤੇਰੀ ਭੈਣ ਨਾਲ ਹੋਇਆ ਹੈ ਪਰ ਮੇਰੀ ਬੇਟੀ ਨੂੰ ਇਨਸਾਫ ਨਹੀਂ ਮਿਲਿਆ ਸੀ ਕਿਉਂਕਿ ਮੇਰੀ ਬੇਟੀ ਦੇ ਦੋਸ਼ੀਆਂ ਨੇ ਉਸ ਪੋਸਟਮਾਰਟਮ ਕਰਨ ਵਾਲੇ ਨੂੰ ਮੋਟੀ ਰਿਸ਼ਵ ਦੇ ਦਿੱਤੀ ਸੀ ਜਿਸ ਕਾਰਨ ਉਸ ਨੇ ਇੱਕ ਝੂਠੀ ਰਿਪੋਰਟ ਬਣਾਈ ਸੀ ਇਸ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਕਿ ਇਹ ਪੋਸਟਮਾਰਟਮ ਵਾਲਾ ਕੰਮ ਮੈਂ ਆਪਣੇ ਵੱਲੋਂ ਸ਼ੁਰੂ ਕਰਾਂਗਾ ਮੈਂ ਹਰ ਇੱਕ ਕੁਆਰੀ ਕੁੜੀ ਨੂੰ ਆਪਣੀ ਬੇਟੀ ਸਮਝ ਕੇ ਉਸ ਦਾ ਪੋਸਟਮਾਰਟਮ ਬੜੇ ਧਿਆਨ ਨਾਲ ਕਰਦਾ ਹਾਂ ਕਿ ਕਿਸੇ ਦੀ ਧੀ ਭੈਣ ਨਾਲ ਕੋਈ ਨਾ ਇਨਸਾਫੀ ਨਾ ਹੋਵੇ ਰਿਸ਼ਵਤ ਦੀਆਂ ਆਫਰਾਂ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਆਉਂਦੀਆਂ ਨੇ ਪਰ ਮੈਂ ਅੱਜ ਤੱਕ ਇੱਕ ਪੈਸੇ ਦੀ ਵੀ ਰਿਸ਼ਵਤ ਨਹੀਂ ਲਈ ਸ਼ਾਇਦ ਇਸੇ ਲਈ ਲੋਕ ਮੈਨੂੰ ਬਦਨਾਮ ਕਰਦੇ ਨੇ ਵੈਸੇ ਵੀ ਹੁਣ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਕਿਉਂਕਿ ਲੋਕ ਹਮੇਸ਼ਾ ਚੰਗੇ ਇਨਸਾਨ ਨੂੰ ਹੀ ਬੁਰਾ ਬਣਾਉਂਦੇ ਨੇ ਉਸ ਦੀਆਂ ਗੱਲਾਂ ਸੁਣ ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਸੀ ਰੁਕ ਰਹੇ ਮੈਨੂੰ ਤਾਂ ਅੱਜ ਪਤਾ ਲੱਗਿਆ ਸੀ ਕਿ ਉਹ ਤਾਂ ਇੱਕ ਧੀ ਦੇ ਦੁੱਖਾਂ ਦਾ ਮਾਰਿਆ ਹੋਇਆ ਬਾਪ ਸੀ ਇਸ ਤੋਂ ਬਾਅਦ ਅਸੀਂ ਦੋਵੇਂ ਘਰ ਆ ਗਏ ਉਸ ਮੁੰਡੇ ਨੂੰ ਵੀ ਮੇਰੀ ਭੈਣ ਦੇ ਕਤਲ ਦੇ ਜੁਰਮ ਵਿੱਚ ਸਜ਼ਾ ਹੋ ਗਈ ਉਸ ਤੋਂ ਬਾਅਦ ਮੇਰੇ ਮੰਗੇਤਰ ਨੇ ਵੀ ਆਪਣੀ ਮਾਂ ਦੇ ਖਿਲਾਫ ਜਾ ਕੇ ਮੇਰੇ ਨਾਲ ਵਿਆਹ ਕਰਵਾ ਲਿਆ ਉਸ ਦੀ ਮਾਂ ਰੌਲਾ ਪਾਉਂਦੀ ਰਹੀ ਪਰ ਉਸ ਨੇ ਉਸ ਦੀ ਇੱਕ ਨਾ ਸੁਣੀ ਉਸ ਨੂੰ ਵੀ ਮੇਰੇ ਸਹੀ ਹੋਣ ਦਾ ਅਹਿਸਾਸ ਹੋ ਚੁੱਕਿਆ ਸੀ ਮੈਂ ਅੱਜ ਵੀ ਉੱਥੇ ਹੀ ਕੰਮ ਕਰਦੀ ਹਾਂ ਤੇ ਉਸ ਤੋਂ ਬਾਅਦ ਕਦੇ ਵੀ ਮੇਰੇ ਪਤੀ ਨੇ ਮੈਨੂੰ ਮੇਰੇ ਕੰਮ ਤੋਂ ਨਹੀਂ ਰੋਕਿਆ ਪਰ ਅੱਜ ਵੀ ਮੈਨੂੰ ਆਪਣੀ ਭੈਣ ਬਹੁਤ ਯਾਦ ਆਉਂਦੀ ਹੈ ਤੁਸੀਂ ਇਸ ਕਹਾਣੀ ਬਾਰੇ ਕੀ ਵਿਚਾਰ ਰੱਖੋਗੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਜੀ ਸਾਡੇ ਚੈਨਲ ਪੰਜਾਬੀ ਅਵਾਜ਼ ਕਹਾਣੀਆਂ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਹਰ ਰਾਤ 8:30 ਵਜੇ ਤੁਸੀਂ ਸੁਣ ਸਕਦੇ ਹੋ ਨਵੀਂ ਕਹਾਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਦੀ ਘੰਟੀ ਨੂੰ ਦਬਾ ਦਿਓ ਤਾਂ ਜੋ ਹਰ ਨਵੀਂ ਕਹਾਣੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪ ਦਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਜੀ